ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਜਿਹੜੀਆਂ ਤਕਰੀਬਨ 1 ਦਾ ਕਾ 20 ਜਾਣ ਦੇ ਬਾਅਦ ਚੋਣਾਂ ਹੋਣੀਆਂ ਨੇ ਉਹਦੀ ਹੁਣ ਜਿਹੜੀ VOTER ਸੂਚੀ ਆ ਉਹ ਤਿਆਰ ਹੋ ਰਹੀ ਆ 15 ਨਵੰਬਰ ਤੱਕ ਫਾਰਮ ਭਰਨ ਦੀ ਜਿਹੜੀ ਇਹ VOTERਾਂ ਵਾਸਤੇ ਆਖਰੀ ਤਰੀਕ ਆ ਜਿਹੜੀ ਉਹ ਲਰਨਿੰਗ ਗਈ ਆ ਸੋ ਪਿੰਡਾਂ ਦੇ ਵਿੱਚ ਜਿੰਨੇ ਵੀ ਸਿੱਖ ਨੌਜਵਾਨ ਜਾਗਰੂਕ ਨਹੀਂ ਆਪਦੇ ਆਪ ਦੇ ਪੱਧਰ ਤੇ ਆਪਦੇ ਆਪ ਦੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਤੇ ਕੇਵਲਾ ਆਪਣਾ ਗੁਰੂ ਮੰਨਦੇ ਆ ਹੋਰ ਕਿਸੇ ਦੇਹਧਾਰੀ ਕੋਈ ਆਦੀ ਨੂੰ ਆਪਣਾ ਗੁਰੂ ਨਹੀਂ ਮੰਨਦੇ ਅਜਿਹੇ ਪੂਰੇ ਸਹਿਰ ਦਾ ਹੋ ਕੇ ਆਪਾਂ ਅਜਿਹੇ ਜਿਹੜੇ ਵੀਰਾਂ ਤੇ ਭੈਣਾਂ ਦੀਆਂ ਵੋਟਾਂ ਬਣਾਉਣੀਆਂ ਸੋ ਆਓ ਆਪਾਂ ਇੱਕ ਦਾ ਕ ਬੀਤ ਜਾਣ ਤੋਂ ਬਾਅਦ ਜਿਹੜਾ ਆਪਾਂ ਨੂੰ ਇਹ ਸਮਾਂ ਮਿਲਿਆ ਇਹਦਾ ਆਪਾਂ ਪੂਰਾ ਪੂਰਾ ਜਿਹੜਾ ਉਹ ਲਾਭ ਆ ਜਿਹੜਾ ਉਹ ਠਾ ਸਕੀਏ ਸੋ ਮੈਂ ਹੁਣ ਤੱਕ ਇਹ ਵੇਖਿਆ ਕਿ ਹਜੇ ਵੀ ਇਹ ਚਾਲ ਆ ਜਿਹੜੀ ਮੱਠੀ ਆ ਸੋ ਵੱਧ ਵੱਧ ਸਿੱਖਾ ਗੂਆ ਜਿਹੜੇ ਸਿੱਖ ਨੌਜਵਾਨ ਆ ਜਿਹੜੇ ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਜਾਗਰੂਕ ਹੋ ਕੇ ਕੋਈ 5-7 ਬੰਦਿਆਂ ਨੇ ਕੋਈ ਟੋਲੀਆਂ ਦੇ ਤੌਰ ਤੇ ਇਕੱਠੇ ਹੋ ਕੇ ਤੁਸੀਂ ਇਹ ਜਿਹੜੀਆਂ ਵੋਟਾਂ ਬਣਾਓ ਬਾਕੀ ਜੇ ਕਿਸੇ ਨੂੰ ਵੋਟਾਂ ਦੇ ਫਾਰਮ ਦੀ ਲੋੜ ਹੋਵੇ ਤੇ ਉਹ ਜਾਂ ਕੋਈ ਪੀਡੀਐਫ ਦੀ ਲੋੜ ਤੁਹਾਨੂੰ ਬਣਾ ਕੇ ਜਿਹੜਾ ਤੁਹਾਨੂੰ ਵਟਸਐਪ ਕਰ ਦਾਂਗੇ ਤੇ ਤੁਸੀਂ ਆਪਣਾ ਨੰਬਰ ਜਿਹੜਾ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣਾ ਨੰਬਰ ਸਾਨੂੰ ਭੇਜ ਸਕਦੇ ਹੋ ਤੇ ਤਾਂ ਕਿ ਤੁਹਾਨੂੰ ਜਿਹੜਾ ਉਹ ਫਾਰਮ ਆਉਦਾ ਪੀਡੀਐਫ ਤੁਹਾਨੂੰ ਦੇ ਦਾਂਗੇ ਤੇ ਤੁਸੀਂ ਫਾਰਮ ਡਾਊਨਲੋਡ ਕਰਾ ਕੇ ਉਹਦੀਆਂ ਕਾਪੀਆਂ ਜਿਹੜੀਆਂ ਉਹ ਕਰਾ ਕੇ ਤੇ ਵੱਧ-ਵੱਧ ਫਾਰਮਾਂ ਜਿਹੜੇ ਜਿੰਨੇ ਸਾਨੂੰ ਲੋੜਾ ਉਹ ਕਢਾਓ ਤੇ ਇੱਕ ਹੋਰ ਨਾਲ ਬੇਨਤੀ ਆ ਕਿ ਜੇ ਬਾਹਰਲੇ ਪਿੰਡਾਂ ਤੋਂ ਜਾ ਕੇ ਤੁਹਾਡੇ ਪਿੰਡ ਦੇ ਇੱਕ ਵਿੱਚ ਕੋਈ ਵੋਟਾ ਬਣਾਉਂਦਾ ਉਹ ਵੀ ਥੋੜਾ ਤੁਸੀਂ ਧਿਆਨ ਰੱਖੋ ਕਿ ਕਈ ਜਿਵੇਂ ਹਰਿਆਣੇ 'ਚ ਪਿੱਛੇ ਜਿਹੋ ਹੋਇਆ ਕੋ ਡੇਰੇਦਾਰਾਂ ਦੀਆਂ ਜਿਹੜੀਆਂ ਵੋਟੀਆਂ ਜਿਹੜੀਆਂ ਵੋਟਾਂ ਬਣਾਈਆਂ ਜਾ ਰਹੀਆਂ ਸੀ ਸੋ ਇਹ ਚੀਜ਼ ਦੇ ਉੱਤੇ ਪਹਿਰਾ ਦੇਣ ਦੀ ਲੋੜ ਆ ਕਿਉਂਕਿ ਐਸਜੀਪੀਸੀ ਜਿਹੜਾ ਸਿੱਖ ਕਾਉਂਦਾ ਇੱਕ ਜਿਹੜਾ ਮੇਨ ਅਧਾਰਾ ਗਾ ਜਿਹੜਾ ਸਿੱਖ ਪੰਥ ਦਾ ਕਿ ਜੇ ਇਹ ਕਿਸੇ ਹੱਥਾਂ ਦੇ ਵਿੱਚ ਚਲਾਣਾ ਜਾਵੇ ਜਿਸ ਇਹਨਾਂ ਤੋਂ ਸਾਨੂੰ ਫਤਵਾਦ ਸੁਚੇਤ ਹੋਣ ਦੀ ਲੋੜ ਆ ਤੇ ਸੋ ਵੀਰੋ ਇਹ ਆਪਣੇ ਕੋਲੇ ਬਹੁਤ ਵਧੀਆ ਇੱਕ ਸਹੀ ਟਾਈਮ ਤੇ ਇੱਕ ਮੌਕਾ ਆਇਆ ਜਿਹੜੀਆਂ ਆਪਾਂ ਆਵੇਂ ਸ਼ਿਕਾਇਤਾਂ ਕਰਦੇ ਰਹਿੰਨੇ ਆ ਇਕੱਲੀਆਂ ਫੋਨਾਂ ਦੇ ਉੱਤੇ ਸ਼ਿਕਾਇਤਾਂ ਕਰਨ ਨਾਲ ਗੱਡੀ ਨਹੀਂ ਚੱਲਣੀ ਆਪਣੇ ਕੋਲੇ ਹੁਣ ਇਹ ਮੌਕਾ ਆਪਾਂ ਕਹਿ ਦਿੰਨੇ ਆਂ ਵੀ ਉਥੇ ਦਾ ਕਮਰਾ ਨੂੰ ਜਿੰਦਰੇ ਲੱਗੇ ਪਏ ਹੁੰਦੇ ਆ ਕਮਰੇ ਨਹੀਂ ਮਿਲਦੇ ਉਥੇ ਦਾ ਇਸ ਤਰ੍ਹਾਂ ਦਾ ਸਿਸਟਮ ਆ ਉਸ ਤਰ੍ਹਾਂ ਦਾ ਸਿਸਟਮ ਆ ਤੇ ਜੇ ਆਪਾਂ ਸਿਸਟਮ ਨੂੰ ਸਹੀ ਸੁਧਾਰ ਕਰਨਾ ਤਾਂ ਆਪਾਂ ਆਪਣੇ ਪਿੰਡਾਂ ਦੇ ਵਿੱਚੋਂ ਆਪਾਂ ਨੂੰ ਸਾਫ਼ ਸੁਥਰੇ ਅੱਖਸ਼ ਵਾਲੇ ਐਸਜੀਪੀਸੀ ਦੇ ਜਿਹੜੇ ਮੈਂਬਰ ਆ ਜਿਹੜੇ ਕਿ ਆਪਣੇ ਪਿੰਡਾਂ ਦੇ ਵਿੱਚ ਸਮੇਂ-ਸਮੇਂ ਤੇ ਮੰਨ ਲਓ ਕੋਈ ਮੈਡੀਕਲ ਕੈਂਪ ਹੋ ਗਈ ਤੇ ਜਾਂ ਕੋਈ ਜਿਹੜੇ ਕੋਈ ਗਰੀਬ ਪਰਿਵਾਰ ਆ ਉਹਨਾਂ ਦੀ ਸਾਰ ਵੀ ਲੈਣ ਤੇ ਨਾਲ ਦੀ ਨਾਲ ਜਿਵੇਂ ਕੋਈ ਵਿਦਿਆਖਾਦਾਰੇ ਆ ਜਿਵੇਂ ਹੁਣ ਆਪਣੇ ਸਾਡਾ ਪਿੰਡ ਜਿਹੜਾ ਭਲਾਈਆਂ ਨਾਲ ਇਹਦੇ ਤਕਰੀਬਨ 40-45 ਕਿੱਲੇ ਆ ਤੇ ਸਾਡੇ ਪਿੰਡ ਦੀ ਕੀ ਇਲਾਕੇ ਦੀ ਵੀ ਇਹ ਮੰਗ ਆ ਕੋਈ ਹੁਣ ਤੇ ਕੋਈ ਕੁੜੀਆਂ ਦਾ ਕਾਲਜ ਉਥੇ ਹੁੰਦਾ ਤੇ ਕਿੰਨੀ ਇਲਾਕੇ ਨੂੰ ਸਹੂਲਤ ਹੁੰਦੀ ਤੇ ਪਰ ਇਹ ਕਾਲਜ ਤਾਂ ਬੜੇ ਦੂਰ ਦੀ ਗੱਲ ਆ ਅੱਜ ਤੱਕ ਮੇਰੇ ਹਿਸਾਬ ਨਾਲ ਜਿਹੜਾ ਸਾਡਾ ਹਲਕੇ ਦਾ ਸ਼੍ਰੋਮਣੀ ਕਮੇਟੀ ਮੈਂਬਰ ਆ ਉਹਨੇ ਕੋਈ ਸਾਡੇ ਪਿੰਡ ਦੇ ਵਿੱਚ ਸਾਨੂੰ ਇੰਨੇ ਸਾਲ ਹੋ ਗਏ ਵੀ ਇਹਨਿਆਂ ਨੂੰ ਕੋਈ ਧਾਰਮਿਕ ਪ੍ਰੋਗਰਾਮ ਵੀ ਨਹੀਂ ਕਰਾਇਆ ਸੋ ਆਪਾਂ ਇਹਨਾਂ ਤੋਂ ਨਿਯਾਤ ਪਾਉਣੀ ਆ ਹੁਣ ਇਹ ਸਮਾਂ ਆ ਚੁੱਕਿਆ ਕਿ ਆਪਾਂ ਸਿੱਖ ਜਿਹੜੇ ਜਾਗਰੂਕ ਨੇ ਉਹਨਾਂ ਦੀਆਂ ਵੋਟਾਂ ਬਣਾਈਏ ਇਹਨਾਂ ਦੇ ਵਿੱਚ ਸੋ ਨੂੰ ਮੈਂ ਫਾਰਮਾਂ ਦੇ ਵਿੱਚ ਕੰਡੀਸ਼ਨ ਦੱਸ ਦਿੰਨਾ ਵੀ ਇਹਦੇ ਲਈ ਕੇਸਾ ਧਾਰੀ ਹੋਣਾ ਜ਼ਰੂਰੀ ਆ ਇਹਦੇ ਵਿੱਚ ਅਮਰਤ ਦੀ ਕੋਈ ਕੰਡੀਸ਼ਨ ਨਹੀਂ ਰੱਖੀ ਗਈ ਇਹ ਫਾਰਮਾਂ ਦੇ ਵਿੱਚ ਤੇ ਜਿਨ੍ਹਾਂ ਦੀ ਵੋਟ ਵੰਨੀ ਆ ਇਹ ਉਸ ਵੋਟਰਾਂ ਲਈ ਆ ਕਿ ਕਿਸਾਤਰੀ ਹੋਣਾ ਜ਼ਰੂਰੀ ਆ ਕੋਈ ਜਿਹੜੀ ਬੀਬੀ ਭੈਣ ਆ ਉਹ ਕੋਈ ਪੋਨੀ ਨਾ ਕਰਦੀ ਹੋਵੇ ਪਿੱਛੇ ਜਿਵੇਂ ਪਹਿਲਾਂ ਬਣ ਜਾਂਦੀਆਂ ਸੀਗੀਆਂ ਧਾਂਦ ਲੀਆਂ ਚੱਲਦੀਆਂ ਸੀ ਕਿ ਭਈਆਂ ਦੀਆਂ ਵੀ ਵੋਟਾਂ ਬਣਾਈਆਂ ਕਿਸੇ ਟਾਈਮ ਉਹਦੋਂ ਰੋਲਾ ਪਿਆ ਕੋਈ 10-12 ਸਾਲ ਪਹਿਲਾਂ ਅਜੇ ਕੰਮ ਜਿਹੜੇ ਹੁੰਦੇ ਰਹੇ ਆ ਤੇ ਕੋਈ ਗਲਤਫਲਤ ਵੋਟਾਂ ਕੋਈ ਵੀਰ ਭਰਾਣਾ ਬਣਾਵੇ ਕਿਤੇ ਉੱਥੇ ਕਿਸੇ ਭੈਣ ਦੀ ਪੋਨੀ ਵਾਲੀ ਦੀ ਤੁਸੀਂ ਵੋਟ ਬਣਾ ਕੇ ਭੇਜੋ ਤਾਂ ਕਿ ਉੱਥੇ ਐਤਕੀ ਮੁਕਾਬਲਾ ਹੋਣਾ ਪਹਿਲਾਂ ਵਾਲੀ ਗੱਲ ਤਾਂ ਐਣੀ ਵੀ ਅੰਦਰ ਖਾਤੇ ਪਤਾ ਹੀ ਨਾ ਲੱਗੇ ਕਦੋਂ ਐਸਜੀਪੀ ਦੇ ਇਲੈਕਸ਼ਨ ਆਏ ਤੇ ਕਦੋਂ ਵੋਟਾਂ ਪੈ ਗਈਆਂ ਤੇ ਕਿਹਦੀਆਂ ਕਿਹਦੀਆਂ ਵੋਟਾਂ ਬਣੀਆਂ ਤੇ ਕਿਹਦੀਆਂ ਨਹੀਂ ਤੇ ਐਤਕੀ ਭਾਈ ਪੂਰਾ ਜਿਹੜਾ ਇਹ ਮੁਕਾਬਲੇ ਵਾਲੀ ਗੱਲ ਹੀ ਹੋਣੀ ਆ ਸੋ ਗਲਤ ਫਲਤ ਵੋਟਾਂ ਕਿਸੇ ਨੇ ਨਹੀਂ ਬਣਾਉਣੀਆਂ ਸੋ ਇੱਕ ਇੱਕ ਜੋ ਹੋਰ ਚੀਜ਼ ਦਾ ਧਿਆਨ ਰੱਖਣਾ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਪਤਾ ਹੀ ਹੁੰਦਾ ਆਪਾਂ ਵੀਡੀਓ ਵੀ ਬਣੇ ਰਹਿੰਦੇ ਆ ਅਬਿਆਸ ਵਾਲੇ ਡੇਰਾਂ ਦੀ ਰੱਖ ਲੋ ਤੇ ਜਾਂ ਦੂਜਿਆਂ ਦੀ ਆ ਜਿਹੜਾ ਸਰ੍ਹਸੇ ਵਾਲਾ ਡੇਰਾ ਏਅਰ ਜੇ ਥਾਵਾਂ ਤੇ ਕਈ ਅਮਰ ਛਕੇ ਵਾਲੇ ਵੀਰਪਰਾ ਫਿਰਦੇ ਹੁੰਦੇ ਆ ਤੇ ਇਹ ਤੁਸੀਂ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੁੰਦਾ ਕਿਹੜਾ ਕਿੱਥੇ ਜਾਂਦਾ ਤੇ ਕਿਹੜਾ ਕਿੱਥੇ ਜਾਂਦਾ ਜਹਰ ਜੇ ਕਿਸੇ ਵੀਰ ਭਰਾ ਦਾ ਭਾਵੇਂ ਅਮਰਤ ਛਕਿਆ ਹੋਵੇ ਹੋਰ ਜੇਦੀ ਨਾ ਹੀ ਵੋਟ ਬਣਾਓ ਕੋਈ ਚੱਕਰ ਨਹੀਂ ਕਿਉਂਕਿ ਜਿਹੜਾ ਪੂਰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਵਿਸ਼ਵਾਸ ਰੱਖਦਾ ਉਹਦੀ ਵੋਟ ਹੀ ਬਣਾਈ ਜਾਵੇ ਐਤਕੀ ਇਹ ਜਿਹੜਾ ਫਾਰਮਾ ਇਹਦੇ ਵਿੱਚ ਕੁਝ ਨੌਜਵਾਨ ਸਿੱਖ ਆਗੂਆਂ ਦੀ ਜਿਹੜੀ ਮੰਗ ਸੀਗੀ ਉਹ ਵਿੱਚ ਇਹਦੇ ਐਡ ਕੀਤੀ ਗਈ ਆ ਆ ਸੁਣੋ ਮੈਂ ਦਿਖਾ ਦਿੰਨਾ ਥੱਲੇ ਕਰਕੇ ਤੁਸੀਂ ਪੜੋ ਇਹ ਲਿਖਿਆ ਵੀ ਮੈਂ ਧਰਮ ਨਾਲ ਬਿਆਨ ਕਰਦਾ ਹਾਂ ਕਿ ਮੈਂ ਸਿੱਖ ਹਾਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਾਂ ਗੁਰੂ ਸਾਹਿਬਾਨ ਨੂੰ ਮੰਨਦਾ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀਂ ਹੈ। ਇਹ ਇੱਕ ਤਰ੍ਹਾਂ ਦੀ ਜਿਹੜਾ ਇਹ ਇੱਕ ਐ ਸੌਹੀ ਹੁੰਦੀ ਹੈ ਬੰਦੇ ਕੰਨੀਓ ਜਿਹੜਾ ਇਹ ਫਾਰਮ ਭਰਿਆ ਜਾਂਦਾ ਤੇ ਤੁਸੀਂ ਤੇ ਬਿਲਕੁਲ ਸਾਫ਼ ਸੁਥਰੇ ਅੱਖਰਾਂ ਵਾਲੇ ਬੰਦੇ ਆ ਜਿਹੜੇ ਉਹ ਆਪਾਂ ਅੱਗੇ ਲਿਆਉਣੇ ਆ ਉਹ ਹੀ ਆਪਾਂ ਐਸਜੀਪੀਸੀ ਜਿਹੜੇ ਮੈਂਬਰ ਬਣਾਉਣੇ ਆ ਤੇ ਜੇ ਆਪਾਂ ਸਾਫ਼ ਸੁਥਰੇ ਅੱਖਰ ਵਾਲੇ ਐਸਜੀਪੀਸੀ ਮੈਂਬਰ ਆ ਜਿਹੜੇ ਸਰੋہنی ਗੁਰਦੁਆਰਾ ਪ੍ਰਬੰਧ ਕਮੇਟੀ ਆ ਆਪਦੇ ਆਪ ਦੇ ਹਲਕਿਆਂ ਦੇ ਮੈਂਬਰ ਚੁਣਾਂਗੇ ਤੇ ਤਾਂ ਹੀ ਉਹ ਜਿਹੜੇ ਮੈਂਬਰ ਆ ਇੱਕ ਉਹ ਸੁਚੱਜੇ ਸਰੋہنی ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨਗੇ ਤੇ ਜੇ ਉਹ ਸੁਚੱਜੇ ਇੱਕ ਪ੍ਰਧਾਨ ਦੀ ਚੋਣ ਕਰਨਗੇ ਤਾਂ ਉਹ ਪ੍ਰਧਾਨ ਇਹ ਢਾਂਚਾ ਜਿਹੜਾ ਵਿਗੜਿਆ ਹੋਇਆ ਉਹ ਆਪੇ ਸਹੀ ਸੁਧਾਰ ਲਿਆਊਗਾ ਤੇ ਉਸ ਤੋਂ ਬਾਅਦ ਫਿਰ ਸਾਰਾ ਟਾਂਚਾ ਆਪਾਂ ਆਪਣੀ ਸੈਟ ਹੋ ਜਾਊਗਾ ਤੇ ਜਿਹੜਾ ਕਾਲ ਤਖਤ ਦਾ ਆਪਣੀ ਮਾਣ ਮਰਯਾਦਾ ਜਿਹੜੀ ਉਹ ਕੁਝ ਸਮੇਂ ਤੋਂ ਕੋਈ ਨਿਜੀ ਹਥਾਂਵੇਂ ਸੀਗੀ ਉਹ ਵੀ ਮੁੜਵਾਲ ਹੋ ਜਾਊਗੀ ਸੋ ਇਹ ਸਾਰੇ ਆਪਾਂ ਨੂੰ ਇਕੱਠੇ ਹੋ ਕੇ ਹੰਬਲਾ ਮਾਨ ਦੀ ਲੋੜ ਆ ਉਹ ਸਮਾਂ ਆ ਗਿਆ ਹੁਣ ਤੇ ਅੱਜ ਮਿਲਣਾ ਤਾਂ ਵੀ 30 ਅਕਤੂਬਰ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਵੀ ਅੱਜ ਸੋ ਸਮੁੱਚੇ ਸਿੱਖ ਪੰਥ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਤੇ ਨਾਲ-ਨਾਲ ਇਹ ਸੰਦੇਸ਼ ਦਿੰਨੇ ਆ ਕਿ ਵੀਰੋ ਇਹ ਸਮਾਂ ਹੁੰਦਾ ਕੱਲਾ ਆਇਨਾ ਸੋਚ ਕੇ ਘਰਾਂ ਚ ਬਹਿ ਜਾਇਆ ਕਰੋ ਕਿ ਮੈਂ ਕੀ ਲੈਣਾ ਤੇ ਫਿਰ ਆਪਾਂ ਨੂੰ ਉਲਾਂਬੇ ਵੀ ਨਹੀਂ ਦੇਣ ਦੀ ਲੋੜ ਫਿਰ ਅਗਲੇ ਵੀ ਜਿਹੜੇ ਕਰੀ ਜਾਂਦੇ ਆ ਉਹ ਹਿੰਮਤ ਵਾਲੇ ਆ ਜਿਵੇਂ ਕਰੀ ਜਾਂਦੇ ਆ ਗਲਤ ਕਰੀ ਜਾਂਦੇ ਆ ਸਹੀ ਕਰੀ ਜਾਂਦੇ ਆ ਫਿਰ ਆਪਾਂ ਉਹਨਾਂ ਨੂੰ ਲਾਂਭੇ ਵੀ ਨਾ ਦਿਆ ਕਰੋ ਵੀ ਇਹ ਕਮਰੇ ਨਹੀਂ ਮਿਲਦੇ ਆ ਨਹੀਂ ਹੁੰਦਾ ਉਹ ਨਹੀਂ ਹੁੰਦਾ ਹੁਣ ਹਰਿਆਣਾ ਕਮੇਟੀ ਕਿਉਂ ਵੱਖਰੀ ਬਣੀ ਉਹ ਵੀ ਇਸ ਤਰ੍ਹਾਂ ਦੀਆਂ ਊਣਤਾਈਆਂ ਸੀ ਆਪਾਂ ਉੱਥੇ ਪੈਸਾ ਇਕੱਠਾ ਕਰਕੇ ਲਿਆਂਦਾ ਉੱਥੇ ਲਾਇਆ ਨਾ ਤੇ ਫਿਰ ਅਗਲੇ ਆੜੀ ਹੋਣਗੇ ਸੋ ਵੀਰੋ ਵਾਧ ਤਵਾਦ ਪੁਰਜ ਉਹਰੋ ਅਪੀਲ ਕਰਦੇ ਆ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਜਾਗਰੂਕ ਸਿੱਖ ਨੌਜਵਾਨ ਉੱਠੋ ਤੇ ਜਾਗੋ ਤੇ ਆਪਦੇ ਆਪ ਦੇ ਜਿਹੜੇ ਤੁਹਾਡੇ ਆਸੇ ਪਾਸੇ ਦੇ ਕੋਈ ਜਾਗਰੂਕ ਸਿੱਖ ਨੌਜਵਾਨ ਵੀਰਾਂ ਮਤਾਵਾਂ ਭੈਣਾ ਜਿਹੜੀਆਂ ਕਿ ਸਿੱਖੀ ਨੂੰ ਪਿਆਰ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਉਹਨਾਂ ਦੀਆਂ ਵੋਟਾਂ ਬਣਾਓ ਤਾਂ ਕਿ ਉਹ ਸਾਫ਼ ਸੁਥਰੇ ਅਕਸ਼ ਵਾਲੇ ਸਰਵੋਣਿਕ ਵਰਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਬਣਾ ਸਕਣ ਸੋ ਆਪਣੇ ਕੋਲੇ ਸਮਾਂ ਸਿਰਫ ਤੇ ਸਿਰਫ 15 ਦਿਨਾਂ ਦਾ ਹੀ ਹੈ ਤੇ ਬਾਕੀ ਤੁਸੀਂ ਵੀਡੀਓ ਚੱਲੀ ਜਾਂਦੀਆਂ ਉਹ ਦੇ ਦੀਆਂ ਨੈਟ ਦੇ ਉੱਤੇ ਵੀ ਕਿੱਥੇ ਫਾਰਮ ਜਮ੍ਹਾਂ ਕਰਾਉਣੇ ਆ ਕਿੰਮੀਆਂ ਸਿਸਟਮ ਜੇ ਕੋਈ ਹੋਰ ਜਾਣਕਾਰੀ ਦੀ ਲੋੜ ਹੋਵੇ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਨਾਮ ਦਾ ਨੰਬਰ ਛੱਡੋ ਤੇ ਅਸੀਂ ਤੁਹਾਨੂੰ ਆਪ ਦੀ ਆਪ ਕਾਲ ਲਾ ਕੇ ਸੋ ਸਾਰਾ ਦੱਸਾਂਗੇ ਕਿ ਕਿੱਥੇ ਕਿਵੇਂ ਕਰਨਾ ਤੇ ਸੋ ਨਾਲ ਹੀ ਬੇਨਤੀ ਇਹ ਕਰਦੇ ਆ ਕਿ ਵੀਡੀਓ ਵਾਰਤ ਵਾਰ ਸ਼ੇਅਰ ਕਰੋ ਤੇ ਤਾਂ ਕਿ ਹੋਰ ਵੀਰ ਭਰਾ ਜਿਹੜੇ ਇਸ ਪਾਸੇ ਨੂੰ ਤੁਰਨ ਤੇ ਮੌਕੇ ਜਿਹੜੇ ਵਾਰੀ ਵਾਰੀ ਨਹੀਂ ਮਿਲਦੇ ਹੁੰਦੇ ਤੇ ਲਾਂਬੇ ਤਾਂ ਭਾਵੇਂ ਵਾਰੀ ਵਾਰੀ ਜਿੰਨੇ ਮਰਜ਼ੀ ਤੇ ਚੱਲੀਏ ਕਿਸੇ ਨੂੰ ਫਿਰ ਕਹੀ ਚੱਲੀਏ ਉੱਥੇ ਕਵਰੇ ਨਹੀਂ ਮਿਲਦੇ ਉਹ ਨਹੀਂ ਹੁੰਦਾ ਆ ਨਹੀਂ ਹੁੰਦਾ ਤੇ ਸੋ ਵੀਰੋ ਇਹ ਮੌਕਾ ਜਿਹੜਾ ਇਹ ਸੰਭਾਲੋ ਸੋ ਇੰਨੀ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ